ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹੈਪੀ ਸਿੰਘ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਡਿੱਡੂ ਟਾਈਮਸ। ਦੋਸਤੋ, ਮੈਂ ਤਾਂ ਚੱਲਿਆ ਟੋਰਾਂਟੋ, ਕਿਉਂਕਿ ਆਪਣੇ ਗਿੱਪੀ ਗਰੇਵਾਲ ਭਾਅ ਜੀ ਨੇ ਸਭ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ ਕਿ ਤੀਆਂ ਦਾ ਮੇਲਾ ਆ ਰਿਹਾ ਜੀ, ਅਤੇ ਮਦਰਸ ਡੇ 'ਤੇ 13 ਮਈ ਨੂੰ ਟੋਰਾਂਟੋ ਦੇ ਵਿੱਚ ਉਹਨਾਂ ਦਾ ਹੋਏਗਾ ਸ਼ੋਅ। ਅਤੇ ਮੈਂ ਕਹਿੰਦਾ ਉੱਥੇ ਗਿੱਪੀ ਗਰੇਵਾਲ ਭਾਅ ਜੀ ਆਪਣੇ ਗਾਣਿਆਂ ਦੇ ਰਾਹੀਂ ਹਰ ਇੱਕ ਨੂੰ ਨੱਚਣ 'ਤੇ ਕਰ ਦੇਣਗੇ ਮਜਬੂਰ। ਸੋ ਇਹ ਸੱਦਾ ਸਭ ਨੂੰ ਹੈ ਜੀ, ਜੇ ਮੇਰੇ 'ਤੇ ਯਕੀਨ ਨਹੀਂ ਆਉਂਦਾ ਤਾਂ ਖੁਦ ਗਿੱਪੀ ਗਰੇਵਾਲ ਜੀ ਦੇ ਮੂੰਹੋਂ ਸੁਣ ਲਓ ਕਿ ਉਹ ਕੀ ਕਹਿ ਰਹੇ ਨੇ। ਬਈ ਪਹੁੰਚ ਜਾਓ ਸਾਰੇ ਟੋਰਾਂਟੋ, ਨੱਚਣ ਲਈ ਤਿਆਰ ਸ਼ਿਆਰ ਹੋ ਜਾਓ ਜੀ, ਮੈਂ ਆ ਰਿਹਾ ਜੀ ਟੋਰਾਂਟੋ 13 ਮਈ ਨੂੰ ਮਦਰ ਡੇ ਸੈਲੀਬ੍ਰੇਟ ਕਰਨ ਦੇ ਲਈ। ਸੋ ਪਾਵਰਹੈਡ ਸੈਂਟਰ ਟੋਰਾਂਟੋ ਦੇ ਵਿੱਚ ਲੱਗਣਗੀਆਂ ਜੀ ਰੌਣਕਾਂ, ਤੀਆਂ ਦਾ ਮੇਲਾ ਮੇਰੇ ਨਾਲ ਰਲ ਕੇ ਮਨਾਇਓ। ਗਾਣੇ ਚੱਕ ਮੇਜੇ ਲਾ ਕੇ ਬਾਹਾਂ ਵਿੱਚ ਬਾਹਾਂ ਪੱਕ ਆ ਜਾ ਪਗੜਾ ਪਾ ਲਈਏ। 13 ਮਈ ਨੂੰ ਮਦਰਸ ਡੇ 'ਤੇ ਤੀਆਂ ਦੇ ਮੇਲੇ ਵਿੱਚ ਪਹੁੰਚ ਕੇ ਮੈਂ ਕਹਿੰਦਾ ਬਹੁਤ ਰੌਣਕਾਂ ਲੱਗਣਗੀਆਂ। ਪਰ ਦੋਸਤੋ, ਮੈਂ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ, ਤੀਆਂ ਦਾ ਮੇਲਾ ਮਦਰਸ ਡੇ 'ਤੇ ਇਕੱਲੀਆਂ ਲੇਡੀਜ਼ ਇਨਵਾਈਟ ਹੈ, ਬੰਦੇ ਹੈਗੇ ਆ? ਬੰਦੇ ਨਾ ਪਹੁੰਚੋ, ਕੁੱਟ ਬਹੁਤ ਪੈਂਦੀ ਹੈ। ਮੈਨੂੰ ਤਾਂ ਬਹੁਤ ਚੰਗਾ ਐਕਸਪੀਰੀਅੰਸ ਹੈ ਇਸ ਬਾਰੇ। ਜੇ ਪਹੁੰਚਣਾ ਤਾਂ ਐਂ ਕਰ ਲਿਓ, ਆਪਣੀ ਵਾਈਫ ਦਾ ਸੂਟ ਪਾ ਕੇ ਜਾ ਵੜਿਓ, ਪਰ ਘੁੰਡ ਕੱਢ ਕੇ, ਕਿਉਂਕਿ ਜੇ ਘੁੰਡ ਚੱਕਿਆ ਤਾਂ ਦਾੜੀ ਮੁੱਛ ਵੇਖ ਕੇ ਤਾਂ ਫੜੇ ਜਾਣਾ। ਫਿਰ ਤੁਹਾਨੂੰ ਯਕੀਨ ਹੋ ਜਾਣਾ ਕਿ ਹੈਪੀ ਸਿੰਘ ਸਹੀ ਕਹਿੰਦਾ ਸੀ, ਕੁੱਟ ਬੜੀ ਪੈਂਦੀ ਹੈ। ਇਸ ਕਰਕੇ ਤੀਆਂ ਦੇ ਮੇਲੇ ਵਿੱਚ ਧਿਆਨ ਨਾਲ ਐਂਟਰੀ ਲਿਓ, ਠੀਕ ਹੈ ਨਾ, ਬਿਨਾਂ ਕੁੱਟ ਤੋਂ। ਦੋਸਤੋ, ਇਸ ਤੋਂ ਇਲਾਵਾ ਗਿੱਪੀ ਗਰੇਵਾਲ ਭਾਅ ਜੀ ਬਾਰੇ ਇੱਕ ਹੋਰ ਇਨਫੋਰਮੇਸ਼ਨ ਮਿਲੀ ਹੈ ਕਿ ਉਹਨਾਂ ਦੀ ਫਿਲਮ ਆ ਰਹੀ ਹੈ 31 ਅਗਸਤ ਨੂੰ ਮਰ ਗਏ ਹੋਏ ਲੋਕੋ, ਜਿਸ ਦੀ ਨਿਊਜ਼ ਪਹਿਲਾਂ ਵੀ ਤੁਹਾਨੂੰ ਟਿੱਡੂ ਟਾਈਮਸ 'ਤੇ ਹੈਪੀ ਸਿੰਘ ਨੇ ਦਿੱਤੀ ਸੀ। ਪਰ ਹੁਣ ਅੱਜ ਇੰਸਟਾਗ੍ਰਾਮ 'ਤੇ ਗਿੱਪੀ ਗਰੇਵਾਲ ਭਾਅ ਜੀ ਦੀ ਨਵੀਂ ਪੋਸਟ ਦੇਖਣ ਨੂੰ ਮਿਲੀ, ਜਿਸ ਵਿੱਚ ਉਹ ਆਪਣੀ ਪੂਰੀ ਟੀਮ ਦੇ ਨਾਲ ਕੇਕ ਕੱਟ ਰਹੇ ਨੇ, ਜਿਸ ਵਿੱਚ ਉਹਨਾਂ ਦੇ ਨਾਲ ਫਿਲਮ ਦੇ ਡਾਇਰੈਕਟਰ ਸਿਮਰਨ ਸਿੱਧੂ ਅਤੇ ਗੁਰੂ ਰੰਧਾਵਾ ਭਾਅ ਜੀ ਦੇਖਣ ਨੂੰ ਮਿਲੇ। ਤੁਸੀਂ ਪੋਸਟ ਦੇਖੋ, ਤੁਹਾਨੂੰ ਯਕੀਨ ਆ ਜਾਏਗਾ। ਦੋਸਤੋ, ਅੱਜ ਕੱਲ੍ਹ ਬਾਲੀਵੁੱਡ ਦੇ ਵਿੱਚ ਮੈਂ ਕਹਿੰਦਾ ਇੱਕੋ ਹੀ ਗੱਲ ਚਰਚਾ 'ਚ ਚੱਲ ਰਹੀ ਹੈ, ਉਹ ਹੈ ਆਪਣੀ ਸੋਹਣੀ ਜੀ ਐਕਟਰਸ ਅਤੇ ਸੋਹਣੀ ਜੀ ਕੁੜੀ ਸੋਨਮ ਕਪੂਰ ਅਤੇ ਆਨੰਦ ਅਹੂਜਾ ਦੇ ਮੈਰਿਜ ਦੀ। ਹਾਂਜੀ, ਉਹਨਾਂ ਦੀ ਮੈਰਿਜ ਬੜੇ ਧੂਮਧਾਮ ਨਾਲ ਹੋਈ ਅਤੇ ਕੱਲ੍ਹ ਟਿੱਡੂ ਟਾਈਮਸ ਨੂੰ ਪਤਾ ਲੱਗਿਆ ਉਹਨਾਂ ਦੇ ਮੈਰਿਜ ਦੀ ਰਿਸੈਪਸ਼ਨ ਸੀ, ਜਿਸ ਵਿੱਚ ਮੈਂ ਕਹਿੰਦਾ ਬਾਲੀਵੁੱਡ ਦੇ ਸਾਰੇ ਇੱਕ ਤੋਂ ਵੱਧ ਇੱਕ ਸਿਤਾਰੇ ਪਹੁੰਚੇ। ਅਤੇ ਮੈਂ ਕਹਿੰਦਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਬਾਲੀਵੁੱਡ ਦੇ ਖਾਨਸ, ਯਾਨੀ ਕਿ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ, ਮੈਂ ਕਹਿੰਦਾ ਨੱਚਦਿਆਂ ਦੀ ਵੀਡੀਓ ਕਿਸ ਤਰ੍ਹਾਂ ਉਹਨਾਂ ਨੇ ਜਸ਼ਨ ਮਨਾਇਆ। ਇਸ ਤੋਂ ਇਲਾਵਾ ਇਕੱਲੇ ਸ਼ਾਹਰੁਖ ਖਾਨ ਸਲਮਾਨ ਖਾਨ ਜੀ ਨਹੀਂ ਨੱਚੇ, ਮੈਂ ਕਹਿੰਦਾ ਸਾਰੇ ਹੀ ਨੱਚੇ, ਬਹੁਤ ਨੱਚੇ। ਹੋਰ ਵੀ ਬਾਲੀਵੁੱਡ ਦੇ ਸਿਤਾਰੇ ਆਏ, ਜਿਵੇਂ ਕਿ ਰਣਬੀਰ ਕਪੂਰ ਜੀ, ਆਲੀਆ ਭੱਟ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ, ਅਤੇ ਮੈਂ ਕਹਿੰਦਾ ਮੇਰੇ ਤੋਂ ਨਾਮ ਨਹੀਂ ਲਏ ਜਾਣੇ, ਤੁਹਾਨੂੰ ਪਤਾ ਹੀ ਕਿੰਨੀ ਲੰਬੀ ਲਿਸਟ ਹੈ ਬਾਲੀਵੁੱਡ ਦੇ ਸਿਤਾਰਿਆਂ ਦੀ। ਦੋਸਤੋ, ਜੇ ਹੈਪੀ ਸਿੰਘ ਆਪਣੀ ਗੱਲ ਕਰੇ ਤਾਂ ਆਪਾਂ ਵੀ ਬਾਲੀਵੁੱਡ ਦਾ ਕੋਈ ਫੰਕਸ਼ਨ ਨਹੀਂ ਛੱਡੀਦਾ, ਹਮੇਸ਼ਾ ਦੀ ਤਰ੍ਹਾਂ ਬਾਲੀਵੁੱਡ ਦੇ ਸਿਤਾਰਿਆਂ ਦੀਆਂ ਪਾਰਟੀਆਂ ਵਿੱਚ ਹੈਪੀ ਸਿੰਘ ਜਾਂਦਾ ਹੀ ਰਿਹਾ। ਇਸ ਵਾਰੀ ਵੀ ਸੋਨਮ ਕਪੂਰ ਦੀ ਰਿਸੈਪਸ਼ਨ 'ਤੇ ਹੈਪੀ ਸਿੰਘ ਵੀ ਗਿਆ। ਤੁਸੀਂ ਸੋਚਦੇ ਹੋਗੇ ਹੈਪੀ ਸਿੰਘ ਦੀ ਕੋਈ ਵੀਡੀਓ ਜਾਂ ਫੋਟੋ ਤਾਂ ਦੇਖਣ ਨੂੰ ਮਿਲੀ ਨਹੀਂ, ਉਹ ਦੋਸਤੋ ਇਸ ਕਰਕੇ ਨਹੀਂ ਮਿਲੀ, ਉਹ ਕੈਮਰੇ ਵਾਲੇ ਵੇਟਰਾਂ ਵੱਲ ਕੈਮਰਾ ਘੱਟ ਹੀ ਮਾਰਦੇ ਆ। ਹੈਪੀ ਸਿੰਘ ਨੂੰ ਦੋਸਤੋ ਬੜੀ ਖੁਸ਼ੀ ਹੈ, ਕਿਉਂਕਿ ਆਪਣੀ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਕਿਊਟ ਜੀ, ਬਹੁਤ ਹੀ ਸੋਹਣੀ ਸਿੰਮੀ ਚਹਿਲ ਜੀ ਦਾ ਹੈਗਾ ਹੈਪੀ ਬਰਥਡੇ। ਸੋ ਮੈਂ ਕਹਿੰਦਾ ਹੈਪੀ ਸਿੰਘ ਵੱਲੋਂ ਹੀ ਨਹੀਂ, ਪੂਰੀ ਗੱਭਰੂ ਟੀਮ ਵੱਲੋਂ ਸਿੰਮੀ ਚਹਿਲ ਜੀ ਨੂੰ ਹੈਪੀ ਬਰਥਡੇ। ਦੋਸਤੋ, ਜਿਸ ਤਰ੍ਹਾਂ ਸਿੰਮੀ ਚਹਿਲ ਜੀ ਨੇ ਰੱਬ ਦਾ ਰੇਡੀਓ, ਬੰਬੂ ਕਾਟ, ਗੋਲਕ ਬੁਗਨੀ, ਬੈਂਕ ਬਟੂਆ ਅਤੇ ਦਾਣਾ ਪਾਣੀ ਵਰਗੀਆਂ ਵੱਡੀਆਂ ਵੱਡੀਆਂ ਫਿਲਮਾਂ ਕੀਤੀਆਂ, ਇਸੇ ਤਰ੍ਹਾਂ ਉਹਨਾਂ ਦਾ ਫਿਲਮਾਂ ਦਾ ਦੌਰ ਲਗਾਤਾਰ ਚੱਲਦਾ ਰਹੇ ਅਤੇ ਉਹਨਾਂ ਨੂੰ ਹੈਪੀ ਬਰਥਡੇ 'ਤੇ ਅਸੀਂ ਹੈਪੀ ਬਰਥਡੇ ਕਹਿੰਦੇ ਹਾਂ। ਅਤੇ ਹੈਪੀ ਸਿੰਘ ਵੀ ਦੇਖੋ ਕਿਤੇ ਵੀ ਫਿੱਟ ਹੋ ਜਾਂਦਾ ਹੈ, ਹਰ ਇੱਕ ਸੈਲੀਬ੍ਰਿਟੀ ਦੇ ਹੈਪੀ ਬਰਥਡੇ, ਹੈਪੀ ਹੈਪੀ ਦੀਵਾਲੀ, ਹੈਪੀ ਨਿਊ ਈਅਰ, ਹੈਪੀ ਵੈਲੈਂਟਾਈਨ ਡੇ। ਹੁਣ ਤੁਸੀਂ ਸੋਚਦੇ ਹੋਗੇ ਹੈਪੀ ਸਲੈਪ ਡੇ ਵੀ ਆਉਂਦਾ, ਉਦੋਂ ਤਾਂ ਤੂੰ ਸਾਰਾ ਦਿਨ ਚਪੇੜਾ ਖਾਂਦਾ ਹੋਏਗਾ। ਨਹੀਂ ਜੀ, ਮੈਂ ਉਸ ਦਿਨ ਚਪੇੜਾ ਨਹੀਂ ਖਾਂਦਾ, ਕਿਉਂਕਿ ਮੈਂ ਤਾਂ ਹਰ ਰੋਜ਼ ਖਾਂਦਾ। ਤੁਸੀਂ ਐਂ ਕਰੋ, ਟਿੱਡੂ ਟਾਈਮਸ ਦੇਖੋ ਹੈਪੀ ਸਿੰਘ ਦੇ ਨਾਲ, ਅਤੇ ਗੱਭਰੂ.com ਦਾ ਅਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਚਪੇੜਾ ਨਾ ਮਾਰਿਓ। ਮੈਂ ਚੱਲਿਆ ਗੱਭਰੂ.com, ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।